ਮਾਨਯੋਗ ਸੁਪਰੀਮ ਕੋਰਟ ਨੇ ਮਨੀਸ਼ ਸੋਧਿਆ ਜੀ ਦੀ ਸ਼ਰਾਬ ਘਟਾਲੇ ਜਮਾਨਤ ਰੱਦ ਕੀਤੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ 550 ਕਰੋੜ ਤੋਂ ਜ਼ਿਆਦਾ ਕਰੋੜ ਰੁਪਇਆ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਕਮਾਈ ਕਰਵਾਈ ਜਿੱਦੇ ਚੋਂ 350 ਕਰੋੜ ਦੇ ਆਸ-ਪਾਸ ਦੀ ਟ੍ਰੇਲ ਵੀ ਆ ਇਹੀ ਗੱਲ ਅਸੀਂ ਬਾਰ-ਬਾਰ ਕਹਿ ਰਹੇ ਸੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਵੱਡਾ ਸ਼ਰਾਬ ਘਟਾਲਾ ਕੀਤਾ ਹੈ ਔਰ ਹੁਣ ਇਹ ਜਿਹੜੀ ਸ਼ਰਾਬ ਦੀ ਘਟਾਲਾ ਸੀ ਇਹ ਪੰਜਾਬ ਅੰਦਰ ਵੀ ਜਿਹੜਾ ਹੋਇਆ ਸੀ ਹੁਣ ਈਡੀ ਉੱਥੇ ਵੀ ਪਹੁੰਚ ਗਈ ਆ ਸਾਡੀ ਕੰਪਲੇਂਟ ਸੀ ਜਿਹਦੇ ਅਸੀਂ ਦੱਸਿਆ ਸੀ ਕਿਤਰਾ ਕੁਲਵੰਤ ਸਿੰਘ ਜਿਹੜੇ ਐਮਐਲਏ ਨੇ ਮੋਹੱਲੀ ਤੋਂ ਉਹਨਾਂ ਨੇ ਆਪਣੇ ਸੀਏ ਦੇ ਨਾਮ ਤੇ ਕੰਪਨੀਆਂ ਬਣਾ ਕੇ ਕਿਤਰਾ ਸ਼ਰਾਬ ਦਾ ਘੁਟਾਲਾ ਕੀਤਾ ਔਰ ਇਸ ਘੁਟਾਲੇ ਨੂੰ ਕਰਨ ਵਾਸਤੇ ਜਿਹੜੇ ਫਾਈਨਾਂਸ ਮਿਸਟਰ ਚੀਮਾ ਜੀ ਸੀ ਔਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਦੇ ਘਰ ਬੈਠ ਕੇ ਮੀਟਿੰਗਾਂ ਕਰਦੇ ਨੇ ਉੱਥੇ ਬੈਠ ਕੇ ਪਾਲਿਸੀ ਬਣਦੀ ਆ ਔਰ ਪੰਜਾਬ ਦਾ ਘੁਟਾਲਾ ਜਿਹੜਾ ਇਹ ਦਿੱਲੀ ਦੇ ਘੁਟਾਲੇ ਤੋਂ ਬਹੁਤ ਵੱਡਾ ਹੈ ਅੱਜ ED ਨੇ ਪੰਜਾਬ ਅੰਦਰ ਰੇਡ ਕੀਤੀ ਹੈ ਮੈਂ ED ਬਾਰ-ਬਾਰ ਪੰਜਾਬ ਦੇ ਅਫਸਰਾਂ ਨੂੰ ਕਹਿੰਦਾ ਸੀ ਗਲਤ ਕੰਮ ਚ ਇਨਵੋਲ ਨਾ ਹੋਇਓ ਜੇ ਤੁਹਾਡੀ ਵਾਰੀ ਆ ਜਾਣੀ ਆ ਹੁਣ ਜਿਨ੍ਹਾਂ ਨੇ ਸ਼ਰਾਬ ਦੀ ਪਾਲਿਸੀ ਬਣਵਾਈ ਸੀ ਜਿਨ੍ਹਾਂ ਨੇ ਪੈਸੇ ਲਏ ਸੀ ਜਿੰਨੇ ਕਰੋੜਾ ਰੁਪਏ ਇਕੱਠੇ ਹੋਏ ਸੀ ਜਿਹੜੇ ਸ਼ਰਾਬ ਦੇ ਕਾਰੋਬਾਰੀ ਸੀ ਹੋਲ ਸੇਲ ਦੇ ਸਾਰਿਆਂ ਦੀ ਵਾਰੀ ਆਊਗੀ ਹਿਸਾਬ ਲਿਆ ਜਾਊਗਾ ਜਿਹੜਾ ਪੰਜਾਬ ਨੂੰ ਤੁਸੀਂ ਲੁੱਟਿਆ ਏ ਉਹਦਾ ਤੁਹਾਨੂੰ ਹੁਣ ਹਿਸਾਬ ਦੇਣਾ ਪਊਗਾ ਭਗਵੰਤ ਮਾਨ ਜੀ ਚੇਤੇ ਰੱਖਿਓ ਜੇ ਤੁਸੀਂ ਇਹ ਲੁੱਟ ਖਸੁੱਟ ਜਿਹੜੀ ਪੰਜਾਬ ਸ਼ੁਰੂ ਕੀਤੀ ਸੀ ਇਹਦਾ ਹੁਣ ਅੰਤ ਹੋਣ ਜਾ ਰਿਹਾ ਹੈ